بسم اللہ الرحمن الرحیم. السلام علیکم بھائی، تسی اپنا سرکیہ چینل تے میں تہاڈا میزبان نشان پراواں تے روزانہ دی نویں تو نویں تے اچھی اچھی ویڈیو لے کے حاضر ہاں. امید امید کرنا انشاءاللہ پراواں نوں ویڈیو پسند آؤندی ہے. ویڈیو نوں لائک وی کر دیو، ویڈیو شیئر وی کر دیو، اور سب تو پہلا اپنے چینل نوں کرنا سبسکرائب، اور پہلا ہی کرن دا بٹن جڑا ہے ضرور دبا لینا تاکہ ساڈی آون والی ਨਵੀਂ ਤੋਂ ਨਵੀਂ ਵੀਡੀਓ ਜਿਹੜੀ ਹੈ ਭਰਾਵਾਂ ਤੱਕ ਸਾਡੀ ਪਹੁੰਚ ਸਕੇ. ਵੀਡੀਓ ਜਿਹੜੀ ਬਣਾਉਣ ਲੱਗੀ ਹੈ ਵੀਡੀਓ ਇਸ ਤਰ੍ਹਾਂ ਮਲਕ ਮੁਦੱਸਰ ਅਵਾਰਡ ਵਾਂਟਿਡ ਵਾਲੇ ਦੀ ਵੀਡੀਓ ਜਿਹੜਾ ਨਾ ਇੱਕ ਵਾਰ ਵਾਲੀ ਵੀਡੀਓ ਤੇ ਲੱਗੀ ਹੈ ਪੜ੍ਹਨ. ਬਾਕੀ ਵੀਡੀਓ ਦਾ ਅਡਰੈਸ ਹੈ ਜੀ ਜ਼ਿਲ੍ਹਾ ਜਿਹੜਾ ਜੀ ਗੁਜਰਾਤ ਹੈ, ਤਹਿਸੀਲ ਵੀ ਗੁਜਰਾਤ ਦੇ ਪਿੰਡ ਜਿਹੜਾ ਜੀ ਇਹਨਾਂ ਦਾ ਵਾਂਟਿਡ ਵੀ ਲੋਕੇਸ਼ਨ ਹਰ ਵੀਡੀਓ 'ਚ ਦੱਸੀ ਦੀ ਹੈ. ਕਿਸੇ ਵੀ ਭਰਾ ਦਾ ਮੈਂ ਗੁਜਰਾਤ ਤੋਂ ਨਿਕਲ ਕੇ ਆ ਜਾਣਾ ਫਤਿਹਪੁਰ, ਔਰ ਫਤਿਹਪੁਰ ਤੋਂ ਅਗਲਾ ਸਟਾਪ ਆਉਂਦਾ ਪੇਰੋਜਾ. ਪੇਰੋਜਾ ਤੋਂ ਨਿਕਲ ਕੇ ਆ ਜਾਣਾ ਜਲਾਲਪੁਰ ਚੌਕੀਆਂ, ਅਤੇ ਜਲਾਲਪੁਰ ਚੌਕੀਆਂ ਤੋਂ ਅੱਗੇ ਤਕਰੀਬਨ ਜਿਹੜਾ ਇਹ 7 ਕਿਲੋਮੀਟਰ ਤੋਂ ਬਾਅਦ ਇਹਨਾਂ ਦਾ ਪਿੰਡ ਆਉਂਦਾ. ਇਹ ਹੀ ਇਹਨਾਂ ਦੀ ਲੋਕੇਸ਼ਨ ਨੇ. ਬਾਕੀ ਜਿਹੜੀ ਗੱਲਬਾਤ ਹੈ ਨਾ ਝੋਟੀਆਂ ਦੀ, ਉਹ ਸਾਰੀ ਇਨਸ਼ਾਅੱਲਾ ਭਾਈ ਮੈਂ ਦੱਸਣ ਦਾ ਕਰ ਲੈਂਦੇ, ਪੁੱਛ ਲੈਂਦੇ ਕਿ ਕਿੰਨੀਆਂ ਨੇ ਝੋਟੀਆਂ ਜਿਹੜੀਆਂ ਜਿਹਨਾਂ ਨੇ ਵੀਡੀਓ 'ਚ ਲਾਣੀਆਂ ਨੇ, ਝੋਟੀਆਂ ਵੇਖ ਲੈਣੀਆਂ ਨੇ. ਅਗਲੀ ਗੱਲਬਾਤ ਜਿਹੜੀ ਇਹਨੂੰ ਜਿਹੜੇ ਜਿਹੜੇ ਭਰਾ ਨੂੰ ਪਸੰਦ ਆਵੇ ਨੰਬਰ ਸਕਰੀਨ 'ਤੇ ਲਾ ਜਾਣਾ, ਰਾਬਤਾ ਕਰਕੇ ਆਪਣਾ ਸੌਦਾ ਜਿਹੜਾ ਜੀ ਫੈਲ ਕਰ ਲੈਣਾ. ਤਾਰੀਖ ਵੀ ਬਣਦੀ ਆ ਅੱਜ 21 ਬਰੋਜ਼ ਇਤਵਾਰ, ਔਰ 2024 ਅਤੇ ਬਾਕੀ ਅੱਲਾ ਪਾਕ ਰੱਖੇ ਹੈਰ ਅਤੇ ਬਿੱਲਾ ਤੱਕੇ ਜਿਹੜਾ ਨਾ ਵੀਡੀਓ ਕਰਨੇ ਆ ਜੀ ਚਲੋ ਆਵਾ ਬਣ ਵਾਲਿਆ. ਅਸਲਾਮ ਅਲੈਕੁਮ ਜੀ. ਮੌਜੂਦ ਨੇ ਠੀਕ ਹੋ ਗਿਆ ਜੀ. ਜਿਹੜੀ ਝੋਟੀ ਲਾਣੀ ਪਹਿਲਾਂ ਨੇ ਜਾਂ ਦੂਜੇ ਨੇ? ਝੋਟੀ ਨੰਬਰ 1 ਔਰ ਮੁੱਲ ਲਾਣ ਵਾਲੀ ਆਖਰੀ ਜਿਹੜਾ ਹੈ ਨਾ ਤੇ ਪਹਿਲੇ ਝੋਟੀ ਫਿਰ ਅੱਖਾਂ ਇੱਕ ਹੋ ਜਾਏ. ਜਨਾਬ ਪਹਿਲਾਂ ਝੋਟੀ ਮੂੰਹ ਚੁੱਕੇ ਜੇ ਨਿਸ਼ਾਨ ਜਿਹੜਾ ਹੈ ਤੇ ਲਿਬਾਸ ਦੇ ਵਿੱਚ ਜਿਹੜਾ ਮਗਰ ਇਹਦੇ ਕੱਟੀ ਹੈ ਮਾਸ਼ਾਅੱਲਾ ਲੋ ਜੀ. ਪਹਿਲਾਂ ਝੋਟੀ ਤੇ ਮਗਰ ਵੀ ਇਹਦੇ ਕੱਟੀ ਜਿਹੜਾ ਹੈ ਨਾ, ਫਿਰ ਲਿਬਾਸ ਥਣ ਜਿਹੜਾ ਹੈ ਨਾ ਇਹ ਝੋਟੀ ਦਾ ਚੈੱਕ ਕਰ ਲੈਣਾ. ਹੱਡੀ ਵੇਲ ਹਾਈਟ ਪੁੱਠਾ ਜਿਹੜਾ ਨਾ ਇੱਕ ਇੱਕ ਅੰਗ ਝੋਟੀ ਦਾ ਜਿੰਨਾ ਭਰਾਵਾਂ ਦੇ ਸਾਹਮਣੇ, ਤੇ ਫਿਰ ਰੱਸੇ ਦਾ ਨਿਸ਼ਾਨ ਨੀ ਝੋਟੀ ਨੂੰ ਭਾਈ ਕਿਸੇ ਮਾਜ ਨੂੰ ਕੋਈ ਹੈ ਸਾਥ ਲਿਆਉਣੀਆਂ ਨੇ. ਠੀਕ ਹੈ ਝੋਟੀ ਸੋਏ ਆ ਜੀ ਬੋਲੇ ਵੇਚੇ ਨਾ ਜੀ ਠੀਕ ਹੋ ਗਿਆ ਲੋ ਜੀ. ਦੋ ਡੰਗਾਂ ਝੋਟੀ
ਜਨਾਬ ਸੂਈ ਕੋਲ ਝੋਟੀ ਕੋਲ ਮੌਜੂਦ ਹੈ ਤੇ ਮਗਰ ਵੀ ਇੱਥੇ ਜਨਾਬ ਕੱਟੀ ਜਿਹੜਾ ਨਾ ਲਬਾਸ ਝੋਟੀ ਦਾ ਵਹਾਂਦਾ ਪਿਛਲੇ ਪੈਰ ਜਿਹੜਾ ਨਾ ਝੋਟੀ ਨੂੰ ਜਨਾਬ ਲੱਗਿਆ ਲੋ ਜੀ ਮਲਿਕ ਸਾਹਿਬ ਦੀ ਗ੍ਰੇਟ ਬਿਸਮਿਲਾ ਬਣਾਓ ਜਨਾਬ ਝੋਟੀ ਕਿਸੇ ਭਰਾ ਨੂੰ ਪਸੰਦ ਆਵੇ ਕਿੰਨੇ ਦੀ ਜਨਾਬ ਨੇ ਝੋਟੀ ਠੀਕ ਹੈ ਕੋਈ ਥਾਂ ਨਹੀਂ ਸਮਾਣਾ ਜੀ ਠੀਕ ਹੈ ਲੇਕਿਨ ਸ਼ਾਰਟ ਜੀ ਗੱਲ ਹੋਏ ਜਿਹੜੇ ਭਰਾ ਦੇ ਪਸੰਦ ਆ ਗਈ ਤੇ ਬਹਿਸ ਸ਼ਹਿਸ ਵਾਲੀ ਗੱਲ ਨਹੀਂ ਹੋ ਰਹੀ ਕਿਉਂਕਿ ਇੱਕ ਹੀ ਰਹਿ ਗਿਆ ਠੀਕ ਹੈ ਇੱਕ ਹੀ ਝੋਟੀ ਰਹਿ ਗਈ ਤੇ ਝੋਟੀ ਅੱਲਾ ਦੀ ਮਿਹਰਬਾਨੀ ਨਾਲ ਬਿਲਕੁਲ ਦਾ ਬੱਚਾ ਹੋ ਜਿਹੜੇ ਭਰਾ ਦੇ ਪਸੰਦ ਆਈ 3 ਲੱਖ ਤੇ ਵਾੜਾ ਲੈ ਲਓ ਜੀ ਝੋਟੀ ਜਨਾਬ ਪਹਿਲਾਂ ਇਹ 3,70,075 ਪਸੰਦ ਆ ਰਿਹਾ ਝੋਟੀ ਦੇ ਅਸਰ ਨਹੀਂ ਹੈ ਤੇ ਮਜ਼ੀਦ ਆਏ ਨੰਬਰ ਇੱਕ ਵਾਰੀ ਮੇਰਾ ਵੀ ਨੋਟ ਕਰ ਲਓ 0348-87-47 ਲੋ ਜੀ ਬਿਲਾਲ ਬਹੁਤ ਜਿਹੜਾ ਨੇ ਇੱਕ ਵਾਰੀ ਦੂਜੀਆਂ ਬੀਤੀ ਹੈ ਜਿਹੜੀਆਂ ਨੇ ਨਾ ਤੇ ਇਹਨਾਂ ਦੇ ਵੀ ਕੈਮਰਾ ਜਿਹੜਾ ਨੇ ਬਾਹਰ ਕੱਢਣੇ ਵਿੱਚ ਟੋਟਲ 7 ਲੈ ਕੇ ਆਏ ਨੇ ਜਿਹਨਾਂ ਦੀ 6 ਬੀਤੀਆਂ ਨੇ ਔਰ ਇੱਕ ਹੀ ਝੋਟੀ ਜਿਹੜੀ ਹੈ ਨਾ ਇਹ ਮੁੱਲ ਲਾਉਣ ਵਾਲੇ ਮਲਿਕ ਸਾਹਿਬ ਇੱਕ ਕਿਹੜੀ ਕਿਹੜੀ ਜਗ੍ਹਾ ਝੋਟੀਆਂ ਜਾਣੀਆਂ ਜੇ ਇਹ ਜਿਹੜਾ ਬੱਜੇ ਠੀਕ ਹੋ ਗਿਆ ਜਨਾਬ ਜੀ ਇਹੀ ਹੈ ਨਾ ਜੋੜਾ ਠੀਕ ਹੈ ਹਾਫਜ਼ ਸਾਨੁੱਲਾ ਸਾਹਿਬ ਕਿਹੜੀ ਜਗ੍ਹਾ ਤੋਂ ਹਾਲ ਮੁਕੀਮ ਸੈਪਰਸ ਠੀਕ ਹੋ ਗਿਆ ਜਨਾਬ ਇਹ ਉਹਨਾਂ ਨੇ ਲਈ ਇੱਕ ਤੇ ਕਿਹੜੀ ਜਗ੍ਹਾ ਜਾਣੀ ਹੈ ਝੋਟੀ ਕਿਹੜੀ ਜਗ੍ਹਾ ਝੋਟੀ ਜਾਣੀ ਕੋਟਲੇ ਤੇ ਲਈ ਜੀ ਠੀਕ ਹੋ ਗਿਆ ਲੋ ਜਨਾਬ 5 ਦਿੱਤੀਆਂ ਪੱਕੀਆਂ ਨੇ ਜਨਾਬ ਜਿਸ ਭਰਾ ਨੂੰ ਪਸੰਦ ਆਵੇ ਮਲਿਕ ਸਾਹਿਬ ਨਾਲ ਰਾਬਤਾ ਕਰ ਲੈਣਾ ਤੇ ਬਾਕੀ ਅੱਲਾ ਪਾਕ ਰੱਖੇ ਖੈਰ ਦੁਆਵਾਂ ਦੀ ਯਾਦ ਰੱਖਣਾ ਔਰ ਇਸੇ ਵੀਡੀਓ ਦੇ ਨਾਲ ਦਿਓ ਇਜਾਜ਼ਤ ਇਨਸ਼ਾ ਅੱਲਾ ਅਗਲੇ ਵੀਡੀਓ ਦੇ ਨਾਲ ਫੇਰ ਹਾਜ਼ਰ ਹੋਵਾਂਗੇ ਜਿੰਨਾ ਰਾਬਾਦ ਹੈ ਪਾਕਿਸਤਾਨ ਜ਼ਿੰਦਾਬਾਦ ਪਾਕ ਫੌਜ ਜ਼ਿੰਦਾਬਾਦ।